ਪੰਜਾਬ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਕਰਫਿਊ ਲੱਗਿਆ ਹੋਇਆ ਔਰ ਹਰ ਆਉਣ ਜਾਣੇ 'ਤੇ ਜਿਹੜੀ ਪੁਲਿਸ ਦੀ ਆ ਉਹ ਪੂਰੀ ਕੜੀ ਨਜ਼ਰ ਹੈ ਔਰ ਸਖਤ ਡਿਊਟੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਜੇ ਗੱਲ ਕਰ ਕਰੀਏ ਤਲਵੰਡੀ ਸਾਬੋ ਦੇ ਮਾਨਸਾ ਜ਼ਿਲ੍ਹੇ ਨਾਲ ਲੱਗਦੇ ਇਲਾਕੇ ਦੀ, ਤਾਂ ਇੱਥੇ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਆਉਣ ਨਾਲ ਜਿਹੜੇ 11 ਮਰੀਜ਼ ਆਉਣ ਨਾਲ ਜਿਹੜੀ ਸਥਿਤੀ ਆ ਉਹ ਸਖਤ ਹੋ ਗਈ ਔਰ ਮਾਨਸਾ ਅਤੇ ਬਠਿੰਡਾ ਜ਼ਿਲ੍ਹੇ ਦੀ ਹੱਦ ਨਾਲ ਜਿਹੜਾ ਲੱਗਦਾ ਇਲਾਕਾ ਲੱਗਿਆ ਹੋਇਆ ਉੱਥੇ ਪੂਰੀ ਤਰ੍ਹਾਂ ਸਖਤ ਚੌਕਸੀ ਆ ਜਿਹੜੀ ਉਹ ਵਧਾ ਦਿੱਤੀ ਹੈ। ਔਰ ਜੇਕਰ ਗੱਲ ਕਰੀਏ ਆਪਾਂ ਇੱਥੇ ਖੜ੍ਹੇ ਹਾਂ ਅਸੀਂ ਮਾਨਸਾ ਜ਼ਿਲ੍ਹੇ ਦੀ ਹੱਦ ਨਾਲ ਲੱਗਦਾ ਪਿੰਡ ਨਥੇਹ ਦੀ, ਜਿੱਥੇ ਪੁਲਿਸ ਨੇ ਨਾਕਾ ਲਾ ਕੇ ਪੂਰੀ ਸੀਲ ਕੀਤਾ ਹੋਇਆ। ਮੈਂ ਕੈਮਰਾਮੈਨ ਨੂੰ ਕਹੂੰ ਕਿ ਪਹਿਲਾਂ ਦਿਖਾਵੇ ਕਿ ਨਾਕਾ ਜਿਹੜਾ ਉਹ ਕਿਵੇਂ ਲੱਗਿਆ ਔਰ ਕਿਵੇਂ ਜਿਹੜੀ ਪੁਲਿਸ ਹੈ ਜਿਹੜੀ ਉਹ ਆਪਣੀ ਡਿਊਟੀ ਹੈ ਜਿਹੜੀ ਉਹ ਸਖਤ ਖੜ੍ਹੀ ਹੈ, ਸਖਤ ਕੀਤੀ ਹੋਈ ਆ। ਮੇਰੇ ਸਾਹਮਣੇ ਦੀ ਤਰਫ ਜਿਹੜਾ ਨਾਕਾ ਤੁਹਾਨੂੰ ਦਿਖ ਰਿਹਾ ਹੈ ਉਹ ਸਰਸਾ ਜ਼ਿਲ੍ਹੇ ਤੋਂ ਇੰਟਰ ਸਟੇਟ ਹੱਦ ਹੈ, ਜਿੱਥੇ ਕਿ ਸਰਸਾ ਜ਼ਿਲ੍ਹੇ ਦੇ ਪਿੰਡ ਆ ਜਿਹੜੇ ਨਥੇਹੇ ਨਾਲ ਪੰਜਾਬ ਦੇ ਨਾਲ ਜੁੜੇ ਹੋਏ ਆ। ਔਰ ਦੂਸਰੇ ਪਾਸੇ ਇੱਕ ਸੜਕ ਹੈ ਉਹ ਮਾਨਸਾ ਜ਼ਿਲ੍ਹੇ ਬੰਨੀਓਂ ਜਿਹੜਾ ਆਉਣ ਜਾਣ ਦਾ ਰਸਤਾ ਹੈ, ਇਹ ਪਿੰਡ ਦਾ ਜਿਹੜਾ ਉਹ ਸੜਕ ਹੈ ਉਹ ਇਸ ਨਾਲ ਜੁੜੀ ਹੋਈ ਹੈ। ਔਰ ਪੁਲਿਸ ਨੇ ਜਿਵੇਂ ਹੀ ਮਾਨਸਾ ਜ਼ਿਲ੍ਹੇ ਦੇ 11 ਮਰੀਜ਼ ਆ ਜਿਹੜੇ ਉਹ ਪੋਜ਼ਿਟਿਵ ਆਏ ਨੇ, ਪੁਲਿਸ ਨੇ ਜਿਹੜੀ ਬਠਿੰਡਾ ਪੁਲਿਸ ਨੇ ਸਖਤ ਨਾਕਾਬੰਦੀ ਕਰਤੀ ਔਰ ਇੱਥੇ ਸਿਹਤ ਮੁਲਾਜ਼ਮ ਵੀ ਇੱਕ ਆ ਜਿਹੜਾ ਉਹ ਲਾਇਆ ਹੋਇਆ। ਮੇਰੇ ਨਾਲ ਨਾਕੇ 'ਤੇ ਇੱਥੇ ਇਸ ਵਕਤ ਅਗਵਾਈ ਕਰ ਰਹੇ ਚੌਂਕੀ ਇੰਚਾਰਜ ਸਿੰਘ ਉਹਦੇ ਮੌਜੂਦ ਨੇ, ਆਪਾਂ ਇਹਨਾਂ ਤੋਂ ਪੁੱਛ ਲੈਂਦੇ ਹਾਂ। ਹਾਂਜੀ, ਕਰੋਨਾ ਵਾਇਰਸ ਨੂੰ ਲੈ ਕੇ ਕਿਵੇਂ ਪਿੰਡਾਂ 'ਚ ਸਥਿਤੀ ਹੈ, ਕੀ ਕਹਿਣਾ ਚਾਹੁੰਦੇ? ਕਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਬਿਮਾਰੀ ਭਿਆਨਕ ਜਿਹੜੀ ਅੱਗੇ ਨਾ ਫੈਲੇ ਤਾਂ ਮਾਨਯੋਗ SSP ਸਾਹਿਬ ਵੱਲੋਂ ਬਹੁਤ ਸਖਤੀ ਨਾਲ ਜਿਹੜਾ ਹੈ ਸਾਡਾ ਇਹ ਨਾਕਾ ਜਿਹੜਾ ਇੰਟਰ ਸਟੇਟ ਲਾਇਆ ਗਿਆ, ਇਹ ਹੱਦ ਜਿਹੜੀ ਹੈ ਨਾਲ ਹੀ ਹਰਿਆਣੇ ਦੀ ਹੱਦ ਹੈ। ਇੱਧਰਲੀ ਸਾਈਡ ਦੇ ਵਿੱਚ ਚੜ੍ਹਦੀ ਸਾਈਡ ਜੋ ਆਪਣੇ ਜ਼ਿਲ੍ਹਾ ਮਾਨਸਾ ਦੀ ਹੱਦ ਹੈ, ਇੱਥੇ ਪੂਰਾ ਸਖਤ ਨਾਕਾਬੰਦੀ ਕੀਤੀ ਹੈ। ਮੈਂ ਖੁਦ ਚੌਂਕੀ ਇੰਚਾਰਜ ਇਸ ਨਾਕੇ 'ਤੇ ਜਿਹੜਾ ਮੌਜੂਦ ਹਾਂ, ਕਿਸੇ ਵੀ ਵਿਅਕਤੀ ਨੂੰ ਇੱਧਰ ਇੰਟਰ ਨਹੀਂ ਹੋਣ ਦਿੱਤਾ ਜਾਂਦਾ। ਕੋਈ ਵੀ ਵਿਅਕਤੀ ਹੈ ਕੋਈ ਇਹ ਭਿਆਨਕ ਬਿਮਾਰੀ ਨੂੰ ਲੈ ਕੇ ਸਾਡੇ ਜਿਹੜੀ ਹੈ ਡਿਸਟ੍ਰਿਕਟ ਬਠਿੰਡੇ 'ਚ ਜਾਂ ਗਾਂ ਪਿੰਡਾਂ ਦੇ ਵਿੱਚ ਜਾਂ ਗਾਂ ਅਗਲੇ ਗਾਂ ਪੰਜਾਬ ਦੇ ਵਿੱਚ ਇੰਟਰ ਨਹੀਂ ਹੋਣ ਦਿੱਤਾ ਜਾਊਗਾ। ਇਸ ਕਰਕੇ ਪੂਰੇ ਸਿਹਤ ਵਿਭਾਗ ਨੇ ਵੀ ਆਪਣੇ ਜਿਹੜੇ ਕਰਮਚਾਰੀ ਇੱਥੇ ਲਾਏ ਆ, ਪ੍ਰੋਪਰ ਇਹਨਾਂ ਦੀ ਹਿਸਟਰੀ ਲਿਖੀ ਜਾਂਦੀ ਹੈ, ਜੋ ਵੀ ਇੰਟਰ ਕਰਦਾ ਕੋਈ ਜ਼ਰੂਰੀ ਵਸਤੂ ਵਾਲਾ ਜਾਂ ਕੋਈ ਟਰੱਕ ਵਗੈਰਾ ਆਉਂਦਾ ਹੈ ਉਹਨਾਂ ਦਾ ਪ੍ਰੋਪਰ ਜਿਹੜਾ ਉਹਦਾ ਐਡਰੈਸ ਲਿਖਿਆ ਜਾਂਦਾ ਹੈ, ਉਹਨਾਂ ਦਾ ਕਾਰਡ ਜਿਹੜਾ ਦੂਰੋਂ ਦੇਖ ਕੇ ਉਹਨੂੰ ਹਿਸਟਰੀ ਉਹਦੀ ਲਿਖੀ ਜਾਂਦੀ ਹੈ ਤਾਂ ਜੋ ਪਤਾ ਲੱਗ ਸਕੇ ਵੀ ਜਿਹੜਾ ਬੰਦਾ ਗਿਆ ਇਹ ਕਿਸ ਟਾਈਪ ਦਾ ਬੰਦਾ ਜੀ। ਜਿਵੇਂ ਜੇ ਗੱਲ ਕਰੀਏ ਬਠਿੰਡੇ ਜ਼ਿਲ੍ਹੇ 'ਚ ਅਜੇ ਕੋਈ ਮਰੀਜ਼ ਮਤਲਬ ਕਰੋਨਾ ਵਾਇਰਸ ਦਾ ਨਹੀਂ ਪਾਏਗਾ, ਮਾਨਸਾ ਜ਼ਿਲ੍ਹੇ ਦੇ ਵਿੱਚ 11 ਮਰੀਜ਼ ਹੋ ਗਏ, ਉਸ ਤੋਂ ਲੈ ਕੇ ਤੁਹਾਨੂੰ ਕੋਈ ਹਦਾਇਤ, ਸਖਤ ਹਦਾਇਤ ਦਿੱਤੀ ਗਈ? ਪਤਾ ਲੱਗਿਆ ਵੀ ਜਿਹੜਾ ਬਲਾਡਾ ਸ਼ਹਿਰ ਦੇ ਵਿੱਚ ਕਰੋਨਾ ਵਾਇਰਸ ਦੇ ਜਿਹੜੇ ਆ ਕੁਛ ਮਰੀਜ਼ ਜਿਹੜੇ ਪੋਜ਼ਿਟਿਵ ਪਾਏ ਗਏ ਆ, ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੀ ਮਾਨਸਾ ਦੀ ਹੱਦ ਆ ਜਿੰਨੇ ਵੀ ਹੈ ਸਾਡੇ ਜਿਹੜੇ ਨਾਲ ਪਿੰਡ ਲੱਗਦੇ ਆ ਉਹਨਾਂ ਦੇ ਵਿੱਚ ਵੀ ਠੀਕਰੀ ਪੈਰੇ ਲਗਾਏ ਗਏ, ਸਰਪੰਚ ਪੂਰੇ ਸਹਿਯੋਗ ਦੇ ਰਹੇ ਆ, ਪਬਲਿਕ ਸਹਿਯੋਗ ਦੇ ਰਹੀ ਹੈ ਤਾਂ ਕਿ ਉੱਧਰੋਂ ਕੋਈ ਵੀ ਵਿਅਕਤੀ ਇੰਟਰ ਨਾ ਹੋਵੇ। ਬੇਨਤੀਆਂ ਕਰ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਵੀ ਸਾਡੇ ਜਿਹੜੇ ਤੁਸੀਂ ਪਿੰਡ ਦੇ ਵਿੱਚ ਇੰਟਰ ਨਹੀਂ ਹੋਣਾ ਤਾਂ ਕਿ ਜਿਹੜੀ ਇਹ ਭਿਆਨਕ ਬਿਮਾਰੀ ਅੱਗੇ ਨਾ ਫੈਲ ਸਕੇ। ਜੀ ਹਾਂ ਬਿਲਕੁਲ, ਜਿਵੇਂ ਤੁਹਾਨੂੰ ਡੇਲੀ ਪੋਸਟ ਪਲ ਪਲ ਦੀ ਖਬਰ ਦੇ ਰਿਹਾ ਹੈ ਉਸ ਤਰੀਕੇ ਨਾਲ ਹੀ ਬਠਿੰਡਾ ਅਤੇ ਮਾਨਸਾ ਪੁਲਿਸ ਹੈ ਜਿਹੜੀ ਉਹ ਪੂਰੀ ਮੁਸਤੈਦ ਹੋ ਗਈ ਆ ਬਠਿੰਡਾ ਪੁਲਿਸ ਨੂੰ, ਕਿਉਂਕਿ ਬਠਿੰਡੇ ਦੇ ਵਿੱਚ ਅੱਜ ਤਾਈਂ ਕੋਈ ਕੇਸ ਨਹੀਂ ਆਇਆ ਅਤੇ ਬਠਿੰਡਾ ਦੇ ਮਤਲਬ ਬਠਿੰਡੇ 'ਚ ਪੁਲਿਸ ਚੌਕਸ ਹੋ ਕੇ ਬਠਿੰਡੇ ਦੇ ਜਿਹੜੇ ਪਿੰਡਾਂ ਦੇ ਵਿੱਚ ਸਖਤ ਆ ਜਿਹੜੇ ਉਹ ਠੀਕਰੀ ਪਹਿਰੇ ਲਾਏ ਹੋਏ ਨੇ ਤਾਂ ਕਿ ਮਰੀਜ਼ ਆ ਜਿਹੜਾ ਬਠਿੰਡੇ ਦਾ ਕੋਈ ਵੀ ਲੋਕ ਮਾਨਸਾ ਜ਼ਿਲ੍ਹੇ ਦੇ ਵਿੱਚ ਨਾ ਹੋਵੇ ਅਤੇ ਇਹ ਮਹਾਂਮਾਰੀ ਦਾ ਜਿਹੜਾ ਵਾਇਰਸ ਹੈ ਉਹ ਫੈਲਣ ਤੋਂ ਰੋਕਿਆ ਜਾ ਸਕੇ। ਤਲਵੰਡੀ ਸਾਬੋ ਤੋਂ ਕੈਮਰਾਮੈਨ ਕਮਲ ਦੇ ਨਾਲ ਲਖਵਿੰਦਰ ਸ਼ਰਮਾ, ਡੇਲੀ ਪੋਸਟ ਤਲਵੰਡੀ ਸਾਬੋ। ਸਤਿ ਸ਼੍ਰੀ ਅਕਾਲ।
ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤਾਂ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।